ਲੁਧਿਆਣਾ ਦੇ ਵਿੱਚ ਮਾਲ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਮਾਲ ਦੇ ਵਿੱਚ ਜੇ ਸੁਰੱਖਿਆ ਦੇ ਪ੍ਰਬੰਧ ਆ ਕੜੇ ਕੀਤੇ ਜਾਂਦੇ ਨੇ, ਕਿਉਂਕਿ ਜਿਹੜਾ ਵੀ ਆਉਣ ਜਾਣ ਵਾਲਾ ਮਾਲ ਦੇ ਅੰਦਰ ਐਂਟਰੀ ਕਰਦਾ ਉਸਦੀ ਬਕਾਇਦਾ ਚੈਕਿੰਗ ਕੀਤੀ ਜਾਂਦੀ ਆ, ਅਤੇ ਇੱਥੋਂ ਤੱਕ ਕਿ ਜਿਹੜਾ ਉਹਨਾਂ ਕੋਲ ਸਮਾਨ ਹੁੰਦਾ ਉਸਨੂੰ ਵੀ ਬਕਾਇਦਾ ਐਕਸਰੇ ਮਸ਼ੀਨ ਦੇ ਰਾਹੀਂ ਉਸ ਨੂੰ ਚੈਕਿੰਗ ਕੀਤੀ ਜਾਂਦੀ ਆ। ਜਿਹੜੇ ਬੈਗ ਵਗੈਰਾ ਲੋਕਾਂ ਵੱਲੋਂ ਮਾਲ ਦੇ ਵਿੱਚ ਜਾਣ ਵਾਲੇ ਲੋਕਾਂ ਵੱਲੋਂ ਲੈ ਕੇ ਜਾਏ ਜਾਂਦੇ, ਉਹ ਬਕਾਇਦਾ ਐਕਸਰੇ ਮਸ਼ੀਨ ਦੇ ਰਾਹੀਂ ਚੈਕਿੰਗ ਕੀਤੀ ਜਾਂਦੀ ਹੈ, ਅਤੇ ਬਕਾਇਦਾ ਫਿਜ਼ੀਕਲੀ ਹਰ ਇੱਕ ਪਰਸਨ ਦੀ ਚੈਕਿੰਗ ਕਰਕੇ ਹੀ ਮਾਲ ਦੇ ਅੰਦਰ ਜਾਣ ਦਿੱਤਾ ਜਾਂਦਾ। ਪਰ ਲੁਧਿਆਣਾ ਦੇ ਪਵੀਲੀਅਨ ਮਾਲ ਦੇ ਵਿੱਚ ਰਾਤ ਨੂੰ ਇੱਕ ਵੱਡਾ ਇੰਸੀਡੈਂਟ ਹੁੰਦਾ ਜਿੱਥੇ ਵੱਡੇ ਪਾਰਟੀ ਦੇ ਦੌਰਾਨ ਗੋਲੀਆਂ ਚੱਲਦੀਆਂ, ਇੱਕ ਵਿਅਕਤੀ ਦੀ ਮੌਤ ਹੁੰਦੀ ਹੈ। ਕਾਂਗਰਸੀ ਲੀਡਰ ਮਨਜੀਤ ਸਿੰਘ ਦੱਸਿਆ ਜਾਂਦਾ ਜਿਸ ਵਿਅਕਤੀ ਦੀ ਮੌਤ ਹੋਈ ਹੈ, ਅਤੇ ਇੱਕ ਵਿਅਕਤੀ ਇੰਜਰਡ ਹੁੰਦਾ ਵਾ। ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਨੇ ਪਵੀਲੀਅਨ ਮਾਲ ਦੀ ਸੁਰੱਖਿਆ ਨੂੰ ਲੈ ਕੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਮੈਟਲ ਡਿਟੈਕਟਰ ਲੱਗਾ ਹੋਇਆ, ਬਕਾਇਦਾ ਇੱਕ ਇੱਕ ਬੰਦੇ ਦੀ ਫਿਜ਼ੀਕਲ ਚੈਕਿੰਗ ਹੁੰਦੀ ਆ, ਅਤੇ ਜਿਹੜਾ ਸਮਾਨ ਹੁੰਦਾ ਬੈਗ ਵਗੈਰਾ ਹੁੰਦੇ ਆ ਉਹਨਾਂ ਦੀ ਐਕਸਰੇ ਚੈਕਿੰਗ ਕਰਕੇ ਹੀ ਮਾਲ ਦੇ ਅੰਦਰ ਹਰ ਇੱਕ ਵਿਅਕਤੀ ਨੂੰ ਜਾਣ ਦਿੱਤਾ ਜਾਂਦਾ। ਉਸ ਦੇ ਬਾਵਜੂਦ ਰਾਤ ਨੂੰ ਪਵੀਲੀਅਨ ਮਾਲ ਦੀ ਚੌਥੀ ਮੰਜ਼ਿਲ 'ਤੇ ਕੈਸ਼ਲੇ ਬਾਰਬੀਕਿਊ ਰੈਸਟੋਰੈਂਟ ਦੇ ਵਿੱਚ ਬਰਥਡੇ ਪਾਰਟੀ ਚੱਲ ਰਹੀ ਹੁੰਦੀ ਆ ਪਟਾਕਾ ਵਪਾਰੀ ਦੀ, ਅਤੇ ਉੱਥੇ ਗੋਲੀਆਂ ਚੱਲਦੀਆਂ, ਰਿਵਾਲਵਰ ਕਿਸ ਤਰ੍ਹਾਂ ਰੈਸਟੋਰੈਂਟ ਤੱਕ ਪਹੁੰਚਿਆ, ਚੌਥੀ ਫਲੋਰ ਤੱਕ ਪਹੁੰਚਿਆ, ਵੱਡੇ ਸਵਾਲੀਆ ਨਿਸ਼ਾਨ ਪਵੀਲੀਅਨ ਮਾਲ ਦੀ ਸਿਕਿਉਰਿਟੀ ਦੇ ਉੱਤੇ ਖੜ੍ਹੇ ਕੀਤੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਹੈਗੇ ਨੇ ਚੈਕਿੰਗ ਕੀਤੀ ਜਾਂਦੀ ਹੈ। ਵੀਡੀਓ ਕੈਮਰਾ ਨੋਟ ਅਲਾਊਡ ਇਨਸਾਈਡ ਦਿਸ ਬਿਲਡਿੰਗ ਵਿਦਆਊਟ ਪੇਰੀਅਰ ਪਰਮਿਸ਼ਨ ਮੈਨੇਜਮੈਂਟ, ਅਤੇ ਹਥਿਆਰ ਵੀਡੀਓ ਕੈਮਰਾ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਜਾਂ ਕਿਸੇ ਵੀ ਹਥਿਆਰ ਲੈ ਕੇ ਜਾਣ ਤੋਂ ਬਕਾਇਦਾ ਇੱਥੇ ਬੋਰਡ ਲੱਗੇ ਹੋਏ ਨੇ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਉਸ ਦੇ ਬਾਵਜੂਦ ਜਿਹੜੇ ਰਸੂਖਦਾਰ ਲੋਕ ਨੇ ਕਿਸ ਤਰ੍ਹਾਂ ਪਵੀਲੀਅਨ ਮਾਲ ਦੇ ਅੰਦਰ ਆਉਂਦੇ ਨੇ, ਅਤੇ ਚੌਥੀ ਫਲੋਰ ਤੱਕ ਰੈਸਟੋਰੈਂਟ ਦੇ ਪਾਰਟੀ ਚੱਲ ਰਹੀ ਹੈ, ਉੱਥੇ ਰਿਵਾਰ ਕਿਸ ਤਰ੍ਹਾਂ ਪਹੁੰਚਦੀ ਆ, ਵੱਡੇ ਸਵਾਲੀਆ ਨਿਸ਼ਾਨ ਮਾਲ ਦੀ ਸੁਰੱਖਿਆ ਦੇ ਉੱਤੇ ਖੜ੍ਹੇ ਕਰਦੇ ਰਹੇ ਆ। ਇਹ ਇੰਸੀਡੈਂਟ ਦੇਖਣਾ ਇਹ ਹੋਵੇਗਾ ਕਿ ਪੁਲਿਸ ਹੁਣ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ, ਅਤੇ ਜਿਹੜੇ ਕਿਹਾ ਜਾ ਰਿਹਾ ਕਿ ਜਿਹਨਾਂ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਚੁੱਕੇ ਨੇ। ਉਸ ਤੋਂ ਬਾਅਦ ਹੋਰ ਕਿਹਨਾਂ ਲੋਕਾਂ ਦੇ ਉੱਤੇ ਇਸ ਮਾਮਲੇ ਦੇ ਉੱਤੇ ਕਾਰਵਾਈ ਪੁਲਿਸ ਕਰਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ, ਲੁਧਿਆਣਾ।